ਰਚਨਾ ਕਰਦੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸਹਾਈ ਅਤਿ ਸਰਗੋਬਿੰਦ ਨਾ ਸਮਰੋ ਸ੍ਰੀ ਨਾਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਨ ਜਿੱਥੇ ਸੁਖ ਬਜਾਏ ਤੇ ਗੁਰੂ ਹਰਦਰ ਸਿਮਰਿਆ ਘਰ ਨਾ ਉਹਨੂੰ ਜਿਆਵੈ ਧਾਏ ਸੁਖੀ ਹੋਣਾ ਸਹਾਈ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਥੀ ਹੋਣਾ ਸਹਾਈ ਦਸਾਂ ਪਾਤਸ਼ਾਹ ਦੇ ਗਿਆਨ ਸਰੂਪ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸ ਉਪਦੇਸ਼ ਜੀ ਕਾ ਧਿਆਨ ਕਰਕੇ ਖਾਲਸਾਈ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਜਲਾਈ ਤੇਗ ਵਾਹੀ ਦੇਗ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾਈ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਈਸ਼ਵਰ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਇਸੇ ਹੀ ਨਮਿੱਤ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਹਾਜ਼ਰ ਕੀਤੀ ਗਈ ਆ ਆਪ ਜੀ ਭੋਗ ਲਾਵੋ ਭੋਗ ਲੱਗਿਆ ਸੀ ਪ੍ਰਸ਼ਾਦ ਸਾਧ ਸੰਗ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਵੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ ਆਪ ਜੀ ਕਿਰਪਾ ਕਰੋ ਅਲਾਹੀ ਹੁਕਮ ਨਾਮ ਲਈ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨਿਹਾਲ ਕਰਨਾ ਤੇ ਇਸ ਨੂੰ ਸੰਗਤ ਨੂੰ ਹੁਕਮਨਾਮੇ ਅਨੁਸਾਰ ਚੱਲਣ ਦੀ ਆਗਿਆ ਬਖਸ਼ਣੀ ਸਹੀ ਪਿਆਰਿਆਂ ਦਾ ਮੇਲ ਕਰਵਾਉਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਦਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰ ਆ ਗਿਆ ਭਈ ਅਕਾਲ ਕੀ ਸਭ ਸਿੱਖਾਂ ਦੇ ਗੁਰੂ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਤੋਂ ਮਿਲੂ ਜੀ ਹੈ ਰਾਜ ਕਰੇ ਕਾ ਖਾਲਸਾ ਵਾਹਿਗੁਰੂ ਨਾਮ ਜਹਾਜ ਹੈ ਜੋ ਸਦਾ ਕਰ ਸੇਵੰਦੇ ਜੋ ਸਦਾ ਕਰ ਸੇਵੰਦੇ ਬੋਲੇ ਸੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਮਿੱਠ ਬੋਲਣੇ ਪਰਉਪਕਾਰੀ ਤੇ ਹਮੇਸ਼ਾ ਮਨੁੱਖਤਾ ਦੀ ਸੇਵਾ ਦੇ ਲਈ ਯਤਨਸ਼ੀਲ ਰਹਿਣ ਵਾਲੇ ਬਾਪੂ ਹਰਦੇਵ ਸਿੰਘ ਜੀ ਇਸ ਨਾਸਵਾਨ ਸੰਸਾਰ ਨੂੰ ਤਿਆਗ ਕੇ ਇਸ ਸੰਸਾਰ ਤੋਂ ਰੁਖਸਤ ਹੋਏ ਅੱਜ ਅਸੀਂ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਇੱਕ ਨਵਾਂ ਰਸਤਾ ਦਿਖਾਇਆ ਚਾਹੇ ਉਹ ਖੇਤੀਬਾੜੀ ਹੋਵੇ ਚਾਹੇ ਸਮਾਜ ਦੀ ਸੇਵਾ ਹੋਵੇ ਅੱਜ ਮਾੜਾ ਸਾਈਡ ਨੂੰ ਲਾ ਦੇ ਵੀਰ ਲਾ ਦੇ ਹਾਂ
ਦੇਖੋ ਦੇਖੋ ਸਾਹਮਣੇ ਬਦਲ ਭਾਈ ਰਵਿੰਦਰ ਸਿੰਘ ਜੋਨੀ ਨਾਨਕ ਸਰ ਵਾਲੇ ਆ ਲਿਆ ਬੇਟਾ ਇੱਕ ਭਾਜੀ 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 ਹੈਲੋ ਭਾਜੀ ਨੂੰ ਕਹਿੰਦੀ ਮੈਂ ਕਿਹਾ ਭਾਜੀ ਨੂੰ ਕਹਿੰਦੀ ਦੇਖ ਲਓ ਮੱਥਾ ਮੱਥਾ ਟੇਕ ਲਓ ਇੱਕ ਵੀਡੀਓ ਹੋ ਜਾਏ
Thank you.
ਜਿਹੜਾ ਦਿਨ ਹੈ Thank you.
Thank you.
ਤਖ਼ਤ ਕੱਢਿਆ ਕਹਿੰਦੇ ਮੈਂ ਸਾਰਾ ਸੰਸਾਰ ਵੇਖ ਕੇ ਇਹ ਤਖ਼ਤ ਕੱਢਿਆ ਭੁੱਖ ਗਈ ਵਿੱਚੋਂ ਵਿਰਾਸਤ ਕੀ ਰਹਿੰਦੀ ਦੁੱਖ ਤੇ ਸੁੱਖ ਮੈਂ ਨਾ ਰਹੀ ਫਿਰ ਦੁੱਖ ਸੁੱਖ ਕੀ ਹੋਇਆ ਮਹਾਰਾਜ ਕਹਿੰਦੇ ਜਿਠਾ ਸਭ ਸੰਸਾਰ ਸਰੀਰ ਸਾਡਾ ਤੇ ਇਹ ਧਨ ਇਹ ਧਨ ਹੀ ਹੈ ਸਾਰਾ ਅੱਜ ਉਹਦਾ ਧਨ ਹੈ ਇਹਨੂੰ ਮਾਇਆ ਕਹਿ ਲਓ ਇਹਨੂੰ ਧਨ ਕਹਿ ਲਓ ਇਹਨੂੰ ਪਦਾਰਥ ਕਹਿ ਲਓ ਜੋ ਮਰਜ਼ੀ ਕਹਿ ਲਓ ਭੁੱਖ ਬੰਦੇ ਨੂੰ ਧਨ ਦੀ ਵੀ ਹੋ ਸਕਦੀ ਹੈ ਭੁੱਖ ਬੰਦੇ ਨੂੰ ਪ੍ਰਭਤਾ ਦੀ ਵੀ ਹੋ ਸਕਦੀ ਹੈ ਭੁੱਖ ਬੰਦੇ ਨੂੰ ਆਪਣੀ ਵਡਿਆਈ ਸੁਣਨ ਦੀ ਵੀ ਹੋ ਸਕਦੀ ਹੈ ਭੁੱਖ ਬਹੁਤ ਵੱਡੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਨਾ ਅਕਸਰ ਆਪਾਂ ਦੇਖਦੇ ਹਾਂ ਮਰਗ ਦੇ ਭੋਗ ਦੇ ਉੱਤੇ ਇਹ ਹੁਕਮਨਾਮਾ ਸਭ ਹੁੰਦਾ ਹੈ ਮੈਂ ਮਨ ਮਾਨ ਤੋਂ ਤੇ ਮਨ ਚਾਈ
I'm gonna go
ਸੁਣੋ ਰੇ ਸੰਤੋ ਖੇਤ ਹੀ
करो नवेरा। कबीर जी कहते ऐ संत जनों सुन लो, ये फरियाद करिए आप सारे, खेत ही करो नवेरा। कहते हुणे ही नवेड़ा करो, इत्थे ही आखो सतना, खेत ही करो नवेरा। अगे आखे अब की बार बख्श बंदे को बहर ना भजन फेरा। ऐ दाता जी ऐ खंडा ब्रह्मंडा दिया जानन वाले आ, करता पुरख करता ही तू है, करता तू मेरा जजमान। एक दखना हो तुझ पे मांगू देहो अपना नाम। आओ पहला दास बोलेगा, फिर सारा जत्था ते भाई बोलेंगे, तीजे हिस्से विच मातावां भैणां बोलियो। कहत कबीर सुनो रे संतो, खेत ही करो नवेरा, अब की बार बख्श बंदे को बहर ना भजन फेरा। पढ़ो बहर ना भजन फेरा जी, बहर ना भजन फेरा जी, सुखदेव मुनि कमी नहीं लगता रहा।
ਤੇ ਸ਼ਾਮ ਨੂੰ ਘਰੇ ਆ ਜਾ ਕਰੇ ਤੇ ਆਪਦੇ ਬਾਪੂ ਨੂੰ ਕਿਹਾ ਕਰੇ ਵਿਆਸ ਰਿਸ਼ੀ ਨੂੰ, ਕਹਿੰਦੇ ਨਹੀਂ ਬਾਪੂ ਉਹ ਵੀ ਕੰਮ ਦਾ ਹੈ ਨਹੀਂ, ਉਹ ਵੀ ਬੇਕਾਰ ਹੈ, ਉਹ ਵੀ ਬੇਕਾਰ ਹੈ। ਤੇ ਉਹਦੇ ਬਾਪ ਨੇ ਕਹਿਣਾ ਬੇਟਾ ਜਿੰਨਾ ਚਿਰ ਤੂੰ ਗੁਰੂ ਧਾਰਨ ਜਨਤ ਨੂੰ ਗੁਰੂ ਬਣਾ ਲੈ। ਸੁਣਿਓ ਹੁਣ, ਉਹ ਕਹਿੰਦਾ ਪਿਤਾ ਜੀ ਰਾਜਾ ਜਨਕ ਤਾਂ ਰਾਜਾ, ਮੈਂ ਇੱਕ ਸਾਧੂ, ਮੈਂ ਮੁਨੀ, ਮੈਂ ਰਾਜੇ ਨੂੰ ਮਾਇਆ ਧਾਰੀ ਬੰਦੇ ਨੂੰ ਮੈਂ ਗੁਰੂ ਕਿਵੇਂ ਧਾਰਨਾ? ਕਹਿੰਦੇ ਬੇਟਾ ਗੁਰੂ ਤਾਂ ਤੈਨੂੰ ਧਾਰਨ ਕਰਨਾ ਹੀ ਪੈਣਾ। ਕਹਿੰਦੇ ਸੁਖਦੇਵ ਮੁਨੀ ਆ ਗਿਆ, ਜੀ ਤਾਂ ਨਹੀਂ ਸੀ ਕਰਦਾ ਪਰ ਪਿਤਾ ਦੇ ਆਖੇ ਆ ਗਿਆ। ਉਹਨੇ ਦੇਖਿਆ ਵੀ ਰਾਜੇ ਜਨਕ ਦਾ ਦਰਬਾਰ ਆਇਆ, ਰਾਜੇ ਜਨਕ ਨੂੰ ਗੁਰੂ ਧਾਰਨ ਆਇਆ। ਕਿਰਤ ਕਰਕੇ ਨਾਮ ਜਪ ਕੇ ਵੰਡ ਕੇ ਛਕਣ ਸਰ ਕਲੇਰਾਂ ਤੋਂ ਆਪ ਜੀ ਦੇ ਚਰਨ ਪਰਸਨ ਵਾਸਤੇ ਅਸੀਸ ਬਖਸ਼ਿਓ। ਆਓ ਹੁਣ, ਗਰਮੀ ਬਹੁਤ ਹੈ ਅਤੇ ਹਾਲ ਛੋਟਾ ਪੈ ਗਿਆ ਸੰਗਤ ਦਾ, ਘੱਟ ਪੈਂਦਾ ਆ ਅਤੇ ਅਨੰਦ ਸਾਹਿਬ ਦਾ ਪਾਠ ਸਾਰੀ ਸੰਗਤ ਤਿਆਗ ਨਾਲ ਕਰਿਓ। ਹੋਰ ਵੀ ਧਾਰਮਿਕ ਆਗੂ, ਸਮਾਜਿਕ ਆਗੂ ਅਤੇ ਰਾਜਨੀਤਿਕ ਆਗੂ ਵੀ ਪਹੁੰਚੇ ਹੋਏ ਨੇ, ਉਹਨਾਂ ਦਾ ਨਾਮ ਸੈਕਟਰੀ ਸਾਹਿਬ ਬਾਅਦ ਵਿੱਚ ਸਭ ਨੂੰ ਸਰਵਣ ਕਰਾਉਣਗੇ। ਦੋ ਦੋ ਵਾਰੀ ਨਾਮ ਸਮਾਂ ਨਹੀਂ ਆਉਣਾ, ਤਾਂ ਸਭ ਦੇ ਨਾਮ ਦੀ ਹਾਜ਼ਰੀ ਸੈਕਟਰੀ ਸਾਹਿਬ ਲਵਾ ਦੇਣਗੇ ਬਾਅਦ ਵਿੱਚ। ਉਦਾਸੀਆਂ ਦੀ ਹਾਜ਼ਰੀ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਬਖਸ਼ਣੀਆਂ, ਦੁਇ ਕਰ ਜੋੜ ਪਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਨਾਨਕ ਅਨੰਦ ਹੋਆ ਸਤਿਗੁਰ।
ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜੇ ਜਿੱਥੇ ਸੁੱਖ ਪਜਾਏ ਤੇ ਗੁਰੂ ਹਰਦਰ ਸਿਮਰਿਆ ਕਰਨਾ ਉਹਨਾਂ ਧਾਏ ਸੁੱਖੀ ਹੋਣਾ ਸਹਾਰੇ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਥੀ ਹੋਣਾ ਸਹਾਰੇ ਦਸਾਂ ਪਾਤਸ਼ਾਹ ਦੇ ਗਿਆਨ ਸਰੂਪ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਸ ਉਪਦੇਸ਼ ਜੀ ਕਾ ਧਿਆਨ ਕਰਕੇ ਖਾਲਸਾ ਹੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਜਲਾਈ ਦੇਗ ਵਾਲੀ ਦੇਗ ਸੁਣ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਹੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘੀਆਂ ਨੇ ਧਰਮ ਹੀ ਸ਼ੀਸ਼ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਦੇ ਜੜੇ ਤਾਣਾਰਿਆਂ ਨਾਲ ਦਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿੰਨਾਂ ਸਿਦਗੁਰਾਂ ਸ਼ਹੀਦ ਸਿੰਘ ਸਿੰਘੀਆਂ ਦੀ ਕਮਾਈ ਦਾ ਤੇ ਪੰਜਾਂ ਤਖਤਾਂ ਸਰਬੰਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਹੀ ਸਾਹਿਬ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲੂ ਵਾਹਿਗੁਰੂ ਚਿਤਾਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀਤੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਬਸਹਾ ਦਾਨ ਭਰੋਸਾ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਸਨਾਨ ਚੌਂਕੀਆਂ ਝੰਡੇ ਹੋਣਗੇ ਜੁਗੋ ਜੁਗ ਅਟਲ ਧਰਮ ਦਾ ਜੈ ਜੈਕਾਰ ਖਾਲਸਾ ਹੀ ਸਾਹਿਬ ਬੋਲਣਾ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਫਿਰ ਨਿਮਾਣਿਆਂ ਦੇ ਮਾਨ ਸਤਿਗੁਰੂ ਨਤਾਣਿਆਂ ਦੇ ਤਾਣ ਸਤਿਗੁਰੂ ਨਗਤਿਆਂ ਦੀ ਗੱਤ ਨਪਤਿਆਂ ਦੀ ਪਤ ਸਤਿਗੁਰੂ ਸੱਤੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੇ ਅਕਾਲ ਪੁਰਖ ਤੇ ਪਾਤਸ਼ਾਹ ਜੀ ਇਸ ਨੇ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਗੁਰੂ ਗਰੀਬ ਨਿਵਾਸ ਜੀ ਇਹਨਾਂ ਕੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੈ ਨਾਨਕਾ ਸਤੀ ਉੱਠੀ ਜਾਹੇ ਆਪ ਜੀ ਦੇ ਪਵਿੱਤਰ ਮਹਾਂਵਾਕਾਂ ਦੇ ਅਨੁਸਾਰ ਆਪ ਜੀ ਦੇ ਦਰ ਘਰ ਦੇ ਪੀਰਵਾਨ ਭਾਈ ਹਰਦੇਵ ਸਿੰਘ ਜੀ ਆਪ ਜੀ ਦੇ ਦਰ ਘਰ ਤੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ ਗੁਰੂ ਗਰੀਬ ਨਿਵਾਸ ਜੀ ਸੋ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਿਛੇ ਸਰਬੱਤ ਪਰਿਵਾਰ ਵੱਲੋਂ ਆਪ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਕਾਸ਼ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਦੀ ਸਮਾਪਤੀ ਤੋਂ ਉਪਰੰਤ ਅਸ਼ਟਮ ਅੰਤਿਮ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਹਜ਼ੂਰ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਹਰ ਜਸ ਕੀਰਤਨ ਅਤੇ ਗੁਰਮਤ ਵਿਚਾਰਾ ਕੀਤੇ ਗਈਆਂ ਨੇ ਸੋ ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਅਤੇ ਸੇਵਾ ਕਰਦਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ
ਅੱਗੇ ਵਾਸਤੇ ਮੇਰਾ ਪ੍ਰਿਆਹਤ ਰੱਖਣਾ, ਸੁੱਧ ਸਪਸ਼ਟ ਗੁਰਬਾਣੀ ਪੜ੍ਹਨਾ, ਕੀਰਤਨ ਕਰਨੇ, ਗੁਰਮਤ ਵਿਚਾਰਾਂ ਤੇ ਸੇਵਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਗੁਰਬਾਣੀ ਅਤੇ ਗੁਰਮਤ ਵਿਚਾਰਾਂ ਦਾ ਸਿਧਾਂਤ ਭਾਈ ਹਰਦੇਵ ਸਿੰਘ ਜੀ ਦੀ ਆਤਮਾ ਨੂੰ ਸਹਾਈ ਕਰਨਾ। ਸੋ ਸੰਸਾਰਿਕ ਯਾਤਰਾ ਕਰਜਿਆਂ ਕੋਲੋਂ ਹੋਈਆਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾਂ ਦੀ ਕਿਰਪਾ ਬਖਸ਼ਿਸ਼ ਕਰਕੇ ਆਵਾਜਮਨ ਦੇ ਚੱਕਰ ਤੋਂ ਵਿਚਾਰ ਕੇ ਆਪ ਜੀ ਦੇ ਚਰਨਾਂ ਕਮਲਾਂ ਦਾ ਨਿਵਾਸ ਅਤੇ ਆਧੁਨਿਕ ਸ਼ਾਂਤੀ ਬਖਸ਼ਿਸ਼ ਕਰਨੀ, ਅੰਗ ਸੰਗ੍ਰਹਿ ਦੀ ਸਹਾਇਤਾ ਕਰਨੀ, ਪਿੱਛੇ ਸੁਰਬੱਤ ਪਰਿਵਾਰ ਅਤੇ ਸਿੰਘ ਸੰਗਤਾਂ ਦੇ ਮੇਰਾ ਪ੍ਰਿਆਹਤ ਰੱਖੇ ਆਪ ਜੀ ਦੇ ਭਾਣੇ ਦੇ ਅੰਦਰ ਦੀ ਸਮਤ ਬਖਸ਼ਿਸ਼ ਕਰਨੀ, ਸੁੱਖ ਸ਼ਾਂਤੀ ਚੜ੍ਹਦੀਆਂ ਕਲਾਂ ਆਪ ਜੀ ਦੇ ਨਾਮ ਦਾ ਪਿਆਰ ਬਖਸ਼ਿਸ਼ ਕਰਨਾ, ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ, ਤੰਦਰੁਸਤੀਆਂ ਬਖਸ਼ਣੀਆਂ, ਕਮਾਈਆਂ 'ਚ ਵਾਧੇ ਕਰਨੇ, ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣਾ, ਸਮਸਤ ਸੰਗਤਾਂ ਦੀਆਂ ਹਾਜ਼ਰੀਆਂ ਅਤੇ ਭੇਧਾਵਾਂ ਦਾ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਗੁਰਬਾਣੀ ਦਾ ਮਹੱਤਵ ਗੁਰਮੁਖ ਪਰਿਵਾਰ ਅਤੇ ਸਮਸਤ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਇਸੇ ਹੀ ਨਿਮਿਤ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਹਾਜ਼ਰ ਕੀਤੀ ਗਈ ਆ। ਆਪ ਜੀ ਭੋਗ ਲਾਵੋ, ਭੋਗ ਲੱਗਿਆ ਸੀ ਪ੍ਰਸ਼ਾਦ, ਸਾਧ ਸੰਗ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਵੀ ਸਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ, ਆਪ ਜੀ ਕਿਰਪਾ ਕਰੋ ਅਲਾਹੀ ਮੁਕਤ ਮਨਾਉਣ ਲਈ ਬਖਸ਼ਿਸ਼ ਕਰਕੇ ਸਮਸਤ ਸੰਗਤਾਂ ਨੂੰ ਨਿਹਾਲ ਕਰਨਾ ਅਤੇ ਸਮੂਹ ਸੰਗਤ ਨੂੰ ਹੁਕਮਨਾਮੇ ਅਨੁਸਾਰ ਚੱਲਣ ਦੀ ਆਗਿਆ ਬਖਸ਼ਣੀ, ਸਹੀ ਪਿਆਰਿਆਂ ਦਾ ਮੇਲ ਕਰਵਾਉਣਾ, ਜਿੰਨਾ ਮਿਲਿਆ ਆਪ ਜੀ ਦਾ ਨਾਮ ਜਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਦੇ ਗੁਰੂ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੂਝ ਹੈ, ਰਾਜ ਕਰੇਗਾ ਖਾਲਸਾ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਦਾ ਕਰ ਸੇਵੰਦੇ, ਜੋ ਸਦਾ ਕਰ ਸੇਵੰਦੇ, ਸੋਰਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰਿ ਗੋਬਿੰਦ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰਿ ਗੋਬਿੰਦ ਨਵਾ ਨਰੋਆ ਰਹਾਉ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਦੇ ਸਭ ਫਲ ਪਾਏ, ਸਤਿਗੁਰ ਕਹਿ ਮਲ ਜਾਈ, ਹਲਤ ਪਾਲਤ ਪ੍ਰਭ ਦੁਹੈ ਸੁਵਾਰੇ, ਹਮਰਾ ਗੁਣ ਅਵਗੁਣ ਨਾ ਬੀਜਾ,
प्रकार मस्तक धारिया हालत पालत प्रभ दुबै सवारी हमरा कौन अब गुण ना बिचारे अटल भजन नानक गुर तेरा सफल कर मस्तक धारिया वाहिगुरु जी का खालसा वाहिगुरु जी की फतेह। साढ़े सारे अगे रखे बड़ी सोहनी धारणा पढ़दिया उन्होंने कहा कि एक दिन जाना है दुनिया छड़ के। सचमुच मौत एक अटल सच्चाई है और यह संसार नाशवान है। इस संसार के विच राहां ते चलते हुए मिठ बोलने परोपकारी ते हमेशा मनुखता की सेवा के लिए यत्नशील रहने वाले बापू हरदेव सिंह जी इस नासमान संसार को त्याग के 22 मई को अकाल पुरख के चरणों के विच कर दी बहुत बड़ी खुशहालमई जिंदगी बतीत करने वाली फुलवाड़ी को छड़ के संसार को रुखसत होए। बापू हरदेव सिंह जी ने जिथे हमेशा परोपकार के काम किए की उस तो बाद अपनी मेहनत और मेहनत ते ईमानदारी का जो लड़ है उन्होंने उन्होंने प्राप्त किया उस बलबूते उत्ते उन्होंने समाज के बहुत वड्डा मुकाम हासिल किया है। सरदार गुरमुख सिंह गुड्डू बेशक साढ़े शहर के अवतार है जी सेवा की पर नाल दी नाल उन्होंने कांग्रेस पार्टी के जिला संगरूर के यूथ आगू होने के नाते जिले के प्रधान होने के नाते राशी खेत्र के भी बड़ी लगन से ईमानदारी के नाल अपना योगदान पाया और बापू जी को इस गल का माण है कि गुरबख्श सिंह गुड्डू के धर्मपत्री दविंदर कौर और गुरु तेज सिंह के जी की धर्मपत्री रविंदर कौर उन्होंने इस गल का माण है कि उन्होंने सोलह साल ने उन्होंने बहुत बड़े संस्कार दिए और पोतरे पोतरिया अपने इस काबिल बनाया कि अब उन्होंने नाम का जो डंका है वह पूरे इलाके के लिए पंजाब में बज रहा है। सो बापू हरदेव सिंह जी जिते धार्मिक प्रवृत्ति और सदा सिमरन के रेंदे सन उत्थे गुरद्वारा रामगढ़िया साहब के उन्होंने बतौर प्रदान करने का भी सेवा करने का मौका मिले। उन्होंने जिस कदम के भी कदम रखा तो सफलता हमेशा उन्होंने कदम चुमती हुई अगे बढ़ी क्योंकि उन्होंने मन के सिमरन सी भावना सी लगन सी ईमानदारी सी और सच्चा सुचा जोड़ा इंसान हों हमेशा बुलंदियों को चुनता है। सरदार गुरबख्श सिंह जी गुड्डू और गुरतेज सिंह जी तेजी अपने परिवारों की जी बेटी है जिन्हों का भाई साहब ने जिक्र किया है बलविंदर कौर और उन्होंने साढ़ा जो गवाही है बलवंत सिंह उन्होंने भी जो संस्कार अपने पिता को हासिल किए उन्होंने गुणा का प्रसार करने लिए वो अपने इलाके पूरी तरह यत्नशील है। संसार के जाना सामने है पर यह संसार समाज उन्होंने व्यक्तियों चेते करता है जो मनुखी जाने के लिए विचरते हुए कोई चंगे काम करके जाता है समाज में कोई देन लेके जाता है या किसी का बहुत ही बलापड़ा सुभाव हो सचमुच बापू हरदेव सिंह जिस कदर उन्होंने संसार में चोला अपना त्यागया है वो भी एक मिसाल है। नहीं तो इंसान जो चंगे गुणों का मालक होंगे परमात्मा पास भी उसकी हमेशा लोड़ रहती है। सो किसी से उन्होंने सेवा नहीं ली और सिमरन के भी रहते हुए इस नाशवान संसार में त्याग के वो अकाल पुरख के चरणों में जा रहे हैं। मैं गल तो अभी कह सकता हाँ कि बापू हरदेव सिंह ने जो आदर्श स्थापित किए हैं समाज के वही गल ये है मैं चंगी तरह याद है कि जदों गुरबख्श सिंह गुड्डू एम सी की चोण लड़ रहे सो हरदेव सिंह जी के जीवन साथी
ਬੀਬੀ ਮਾਤਾ ਸ਼ਮਸ਼ੇਰ ਕੌਰ ਜੀ, ਉਸ ਵੇਲੇ ਉਹਨਾਂ ਦੇ ਘਰ ਦੇ ਨਾਲ ਜਿੱਥੇ ਵਰਕਸ਼ਾਪ ਹੈ ਉੱਥੇ ਨਾਲ ਹੀ ਲਕਸ਼ਮੀ ਬਾਗ ਦੇ ਵਿੱਚ ਮਿਡਲ ਸਕੂਲ ਹੈ। ਸੋ ਸਭ ਤੋਂ ਪਹਿਲਾਂ ਉਹ ਸਮੇਂ ਤੋਂ 15-20 ਸਾਲ ਤੋਂ ਪਹਿਲਾਂ ਚਲੇ ਜਾਓ ਕਿ ਮਾਤਾ ਜੀ ਨੇ ਉਸ ਸਕੂਲ ਦੇ ਵਿੱਚ ਬੱਚਿਆਂ ਦੀ, ਗਰੀਬ ਬੱਚੇ ਉੱਥੇ ਪੜ੍ਹਦੇ ਸੀ, ਉਹਨਾਂ ਦੀ ਲੋੜ ਨੂੰ ਅਨੁਭਵ ਕਰਦੇ ਹੋਏ 60,000 ਰੁਪਏ ਦੀ ਲਾਗਤ ਨਾਲ ਉੱਥੇ ਕਮਰੇ ਦਾ ਨਿਰਮਾਣ ਕੀਤਾ, ਜੋ ਅੱਜ ਵੀ ਉਹਨਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਕਰਦਾ ਹੈ। ਸੋ ਮੇਰਾ ਕਹਿਣ ਦਾ ਭਾਵ ਹੈ, ਅਮੀਰ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਬਹੁਤ ਕੋਲ ਅਕਾਲ ਪੁਰਖ ਦੀ ਬਹੁਤ ਕਿਰਪਾ ਹੁੰਦੀ ਹੈ, ਪਰ ਅਕਾਲ ਪੁਰਖ ਦਾ ਉਹਨਾਂ ਨੂੰ ਹੁਕਮ ਨਹੀਂ ਹੁੰਦਾ। ਸੋ ਧਰਮ ਕਰਮ ਦੇ ਖੇਤਰ ਦੇ ਵਿੱਚ ਉਹੀ ਸੰਗਠਨ ਆਪਣਾ ਯੋਗਦਾਨ ਪਾ ਸਕਦਾ ਹੈ ਜਿਹਨਾਂ ਦੇ ਉੱਤੇ ਅਕਾਲ ਪੁਰਖ ਦੀ ਵਾਹਿਗੁਰੂ ਦੀ ਪੂਰੀ ਤਰ੍ਹਾਂ ਛਤਰ ਛਾਇਆ ਹੋਵੇ, ਜਾਂ ਜਿਹਨਾਂ ਦੇ ਉੱਤੇ ਉਹਨਾਂ ਦਾ ਹੱਥ ਹੋਵੇ। ਸੋ ਇਹ ਪਰਿਵਾਰ ਕਿਰਤੀ ਪਰਿਵਾਰ ਹੈ, ਕੋਈ ਸ਼ੱਕ ਨਹੀਂ, ਇਮਾਨਦਾਰ ਪਰਿਵਾਰ ਹੈ ਔਰ ਸੱਚੇ ਮਨ ਦੇ ਨਾਲ ਸੇਵਾ ਕਰਨ ਵਾਲਾ ਹੈ। ਔਰ ਮੈਨੂੰ ਸੱਜਣ ਦੱਸ ਰਹੇ ਸੀ, ਕਹਿੰਦੇ ਲਕਸ਼ਮੀ ਬਾਗ ਦੇ ਵਿੱਚ ਜਦੋਂ ਇਹਨਾਂ ਨੇ ਕਮਰੇ ਦੇ ਨਿਰਮਾਣ ਦੇ ਲਈ ਰਾਸ਼ੀ ਦਿੱਤੀ ਤਾਂ ਗੁੱਡੂ, ਜੋ ਸਾਡਾ ਛੋਟਾ ਵੀਰ ਹੈ, ਮੇਰਾ ਯੂਥ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਹੈ, ਉਸਦੇ ਘਰ 3 ਬੇਟੀਆਂ ਸੀ, ਸਾਡੇ ਮਨੋਂ ਇੱਕੋ ਹੀ ਦੁਆ ਨਿਕਲੀ ਕਿ ਤੈਨੂੰ ਬੇਟੇ ਦਾ ਸੁੱਖ ਪ੍ਰਾਪਤ ਹੋਵੇ, ਅੱਜ ਬੇਟਾ ਉਹਦੇ ਘਰ ਦੇ ਵਿੱਚ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਅਜਿਹੀਆਂ ਸ਼ਖਸੀਅਤਾਂ ਨਾ ਭੁੱਲਣ ਯੋਗ ਹੁੰਦੀਆਂ ਹਨ ਜਿਹਨਾਂ ਨੂੰ ਸਮਾਜ ਹਮੇਸ਼ਾ ਆਦਰ ਅਤੇ ਸਤਿਕਾਰ ਦੇ ਨਾਲ ਚੇਤੇ ਕਰਦੇ। ਮੈਨੂੰ ਦੱਸ ਰਹੇ ਸੀ ਸਾਡੇ ਸਾਥੀ ਰਾਮਗੜੀਆ ਗੁਰਦੁਆਰੇ ਵਾਲੇ ਕਿ ਕਹਿੰਦੇ ਇਹਨਾਂ ਨੇ 2 ਸਾਲ ਸਾਡੇ ਬਤੌਰ ਪ੍ਰਧਾਨ ਸੇਵਾ ਕੀਤੀ। ਸੋ ਜ਼ਿੰਮੇਵਾਰੀ ਦੀ ਜਿਹੜੀ ਪਗੜੀ ਹੈ ਉਹ ਗੁਰਦੁਆਰਾ ਸਾਹਿਬ ਵੱਲੋਂ, ਕਹਿੰਦੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਬੇਟੇ ਨੂੰ ਇਹ ਗੁਰਦੁਆਰਾ ਰਾਮਗੜੀਆ ਸਾਹਿਬ ਵੱਲੋਂ ਜਿਹੜੀ ਪਗੜੀ ਦੀ ਰਸਮ ਹੈ ਉਹ ਅਦਾ ਕੀਤੀ ਜਾਣੀ ਹੈ, ਤਾਂ ਕਿ ਜੋ ਇਹਨਾਂ ਨੇ ਸੰਸਕਾਰ ਪ੍ਰਾਪਤ ਕੀਤੇ ਨੇ ਪਿਤਾ ਪੁਰਖੀ ਔਰ ਮਾਤਾ ਤੋਂ ਜੋ ਗੁਣ ਪ੍ਰਾਪਤ ਕੀਤੇ ਨੇ ਉਹਨਾਂ ਦਾ ਫਲਾਹ ਕਰਦੇ ਰਹਿਣ ਔਰ ਸਮਾਜ ਦੇ ਵਿੱਚ ਵਿਚਦੇ ਰਹਿਣ। ਆਓ ਜੀ, ਉਹਨਾਂ ਦੇ ਵੱਡੇ ਬੇਟੇ ਨੂੰ ਬੇਨਤੀ ਹੈ, ਗੁਰਬਖਸ਼ ਜੀ ਗੁੱਡੂ, ਇਹ ਜ਼ਿੰਮੇਵਾਰੀ ਦੀ ਜਿਹੜੀ ਪੱਗ ਹੈ ਉਹਨਾਂ ਦੇ ਸਿਰ ਦੇ ਉੱਤੇ ਇਕੱਠ ਬਹੁਤ ਹੈ, ਸਤਿਕਾਰ ਹੈ, ਪਰ ਜਕਾਰੇ ਦਾ ਆਵਾਜ਼ ਬੜੀ ਮਿੱਠੀ ਜੀ ਆਈ ਗੱਲਬਾਤ ਕਿੰਨੀ ਦਿੱਤੀ ਸਾਰਿਆਂ ਨੂੰ। ਬੋਲੇ ਸੋ ਨਿਹਾਲ ਸਰਦਾਰ ਮਨਜਿੰਦਰਜੀਤ ਸਿੰਘ ਜੀ ਬਿੱਟਾ, ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੇ ਵਿੱਚ ਲਾਈ ਹੈ, ਉਹ ਵੀ ਆਪਣੇ ਛੋਟੇ ਵੀਰ ਗੁਰਬਖਸ਼ ਗੁੱਡੂ ਦੇਸ਼ ਪਿਤਾ ਨੂੰ ਸਤਿਕਾਰ ਭੇਟ ਕਰਨ ਲਈ ਉਹ ਵੀ ਇੱਥੇ ਆਏ ਨੇ। ਸੋ ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਜੀ ਪੱਠਲ, ਜੋ ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ ਹਨ, ਉਹਨਾਂ ਦਾ ਜਿਹੜਾ ਸ਼ੋਕ ਸੰਦੇਸ਼ ਹੈ, ਰਾਜਕੁਮਾਰ ਜੀ ਗਰਗ ਮੋਨਕ ਵਾਲੇ ਜੋ ਉਹ ਅਸਲੀ ਹਨ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਸ਼ੋਕ ਸੰਦੇਸ਼ ਆਇਆ ਸੀ, ਕਿਉਂਕਿ ਬੀਬੀ ਰਜਿੰਦਰ ਕੌਰ ਪੱਠਲ ਜੀ ਦੀ ਆਪਣੀ ਇੱਛਾ ਸੀ ਕਿ ਮੈਂ ਇਸ ਦੁੱਖ ਦੀ ਕਲੀ ਦੇ ਵਿੱਚ ਗੁਰਬਖਸ਼ ਗੁੱਡੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇੱਥੇ ਪਹੁੰਚਾਂ, ਪਰ ਸਮਾਂ ਇਸ ਕਰਦੇ ਲਈ ਰਾਜ ਨੇ ਦਿੰਦੇ ਸਨ, ਬਹੁਤ ਸਾਰੇ ਹੋਰ ਅਜਿਹੇ ਸੀ। ਸੋ ਇਸੇ ਤਰ੍ਹਾਂ ਹੰਸਰਾਜ ਜੀ ਗੁਪਤਾ, ਜੋ ਸਾਡੇ ਬੀਬੀ ਸਿੰਘ ਦੇ ਮੈਂਬਰ ਹਨ, ਬੀਬੀ ਰਜਿੰਦਰ ਕੌਰ ਪੱਠਲ ਦਾ ਇਹ ਸ਼ੋਕ ਸੰਦੇਸ਼ ਵੀ ਸਾਡੇ ਕੋਲ ਲੈ ਕੇ ਆਏ। ਸੋ ਮੇਰਾ ਕਹਿਣ ਦਾ ਭਾਵ, ਮੇਰੇ ਕੋਲ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਜਿਹੜੇ ਸ਼ੋਕ ਸੰਦੇਸ਼ ਨੇ ਉਹ ਪੁੱਜੇ ਨੇ, ਔਰ ਇਸ ਸ਼ੋਕ ਸਭਾ ਦੇ ਵਿੱਚ ਸਰਦਾਰ ਦਲਵੀਰ ਸਿੰਘ ਜੀ ਗੋਲੀ, ਸਾਡੇ ਮਾਨਯੋਗ MLA ਸਾਹਿਬ ਹਨ, ਜਿਹਨਾਂ ਨੇ ਕੱਲ੍ਹ ਹੀ ਧੂਰੀ ਵਿਖੇ ਇੱਕ ਸਮਾਗਮ ਹੋਇਆ ਸੀ, ਔਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਜੋ ਰਾਹਤ ਕਰਜ਼ਾ ਰੱਖਦੇ ਸਰਟੀਫਿਕੇਟ ਨੇ ਉਹਨਾਂ ਦੀ ਰਸਮ ਵੀ ਅਦਾ ਕੀਤੀ ਸੀ। ਸੋ ਇਸੇ ਤਰ੍ਹਾਂ ਉਹਨਾਂ ਦੇ ਨਾਲ ਸਰਦਾਰ ਅਮਰੀਕ ਸਿੰਘ ਜੀ ਸਭਰਾਲਾ, ਜੋ ਉੱਥੋਂ ਦੇ ਮਾਨਯੋਗ ਸਾਡੇ MLA ਸਾਹਿਬ ਹਨ, ਉਹ ਵੀ ਅੱਜ ਨਾਲ, ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਹੈ ਕਿ ਗੁੱਡੂ ਨੂੰ ਪੁੱਤਰ ਦੀ ਜਿਹੜੀ ਥਾਂ ਦੀ ਪ੍ਰਾਪਤੀ ਹੋਈ ਹੈ, ਸੰਤ ਹਰਪਾਲ ਦਾਸ ਜੀ ਇਮਾਮਗੜ ਵਾਲੇ, ਕਿਉਂਕਿ ਗੁਰਬਖਸ਼ ਗੁੱਡੂ ਉੱਥੇ ਵੀ ਉਹਨਾਂ ਨਾਲ ਪੂਰੀ ਤਰ੍ਹਾਂ ਧਾਰਮਿਕ ਤੌਰ 'ਤੇ ਜੁੜਿਆ ਹੈ, ਉਹ ਵੀ ਬਾਪੂ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਇਸੇ ਤਰ੍ਹਾਂ ਆਏ ਨੇ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਜੀ ਨਾਭਾ, ਸਾਡੇ ਜੋ ਇੱਥੋਂ ਜਿਹਨਾਂ ਨੇ ਇਲੈਕਸ਼ਨ ਲੜੀ ਹੈ, ਸੋ ਉਸੇ ਤਰ੍ਹਾਂ ਉਹਨਾਂ ਦੇ ਨਾਲ ਰਜਿੰਦਰ ਸਿੰਘ ਜੀ ਕਾਂਗੜਾ, ਜੋ ਸਾਡੇ ਕੌਮੀ ਵੀਰ ਪ੍ਰਧਾਨ ਨਾਲ ਚਲਾਉਣੇ ਅਕਾਲੀ ਦਲ ਦੇ, ਉਹ ਵੀ ਸ਼ੋਕ ਸਭਾ ਦੇ ਵਿੱਚ ਹਾਜ਼ਰ। ਭੁਪਿੰਦਰ ਸਿੰਘ ਜੀ ਭਲਵਾਨ, ਜੋ ਸਾਡੇ ਮਾਨਯੋਗ ਮੈਂਬਰ SGPC ਹਨ, ਉਸੇ ਤਰ੍ਹਾਂ AP ਸੋਲ ਐਕਸ ਵੱਲੋਂ ਤੁਸੀਂ ਦਾ ਨਾਮ ਰੋਸ਼ਨ ਕਰਨ ਵਾਲੇ ਡਾਕਟਰ AR ਸ਼ਰਮਾ ਜੀ, ਔਰ ਉਹਨਾਂ ਦੇ ਨਾਲ ਵਿਜੇ ਗੋਇਲ ਜੀ ਜੋ ਡਾਇਰੈਕਟਰ ਹਨ, ਉਹ ਵੀ ਹੈ। ਸੋ ਇਸੇ ਤਰ੍ਹਾਂ ਵੱਖ ਵੱਖ ਸ਼ਖਸੀਅਤਾਂ, ਚਾਹੇ ਉਹਨਾਂ ਦਾ ਰੁਤਬਾ ਧਾਰਮਿਕ ਖੇਤਰ ਦੇ ਵਿੱਚ ਹੈ, ਸਮਾਜਿਕ ਖੇਤਰ ਦੇ ਵਿੱਚ ਹਨ, ਉਹ ਜਿਹੜੀਆਂ ਸ਼ਖਸੀਅਤਾਂ ਨੇ ਉਹ ਵੀ ਇਸ ਦੁੱਖ ਦੀ ਗੱਡੀ ਵਿੱਚ ਆਏ, ਜਿਹਨਾਂ ਦੇ ਵਿੱਚ ਹਰਦੀਪ ਸਿੰਘ ਜੀ ਸੋਢੀ ਸਾਹਿਬ, ਜੋ ਫੁੱਲ ਲੈਂਡ ਦੇ ਉੱਥੋਂ ਦੇ MLA ਹਨ, ਉਹ ਵੀ ਅਜੀਤ ਸਿੰਘ ਜੀ ਚੰਦੂਰਾਈਆਂ, ਜੋ ਸੂਚਨਾ ਕਮਿਸ਼ਨਰ ਹਨ, ਠੱਪਰ ਫਲੇਰ ਸਿੰਘ ਜੀ, ਜੋ ਉਹ ਅਸਲੀ ਹਨ, JNK ਜੰਮੂ ਕਸ਼ਮੀਰ ਦੇ ਜੋ ਮੁੱਖ ਮੰਤਰੀ ਮਹਿਬੂਬਾ ਮੁਫਤੀ ਜੀ ਦੇ, ਉਹਨਾਂ ਦੇ ਉਹ ਅਸਲੀ ਹਨ,
ਔਰ ਉੱਥੇ ਦੀ ਪਾਰਟੀ ਦੇ ਜਨਰਲ ਸਕੱਤਰ ਵੀ ਹਨ, ਉਹ ਵੀ ਆਏ ਨੇ। ਸੋ ਇਸੇ ਤਰ੍ਹਾਂ ਮੁਬੀਨ ਮਲਿਕ ਜੋ ਸਰਪੰਚ ਯੂਨੀਅਨ ਦੇ ਪ੍ਰਧਾਨ ਨੇ, ਉਹ ਵੀ ਜੰਮੂ ਕਸ਼ਮੀਰ ਤੋਂ ਵੀ ਵਿਸ਼ੇਸ਼ ਤੌਰ 'ਤੇ ਆਏ ਨੇ। ਸੋ ਇਸੇ ਤਰ੍ਹਾਂ ਰਾਜਨਾਥ ਸਿੰਘ ਜੀ ਘੁੱਲੀ ਜੋ ਸੋਗ ਸੰਦੇਸ਼ ਲੈ ਕੇ ਆਏ ਨੇ ਆਮ ਆਦਮੀ ਪਾਰਟੀ ਦਾ, ਔਰ ਇਸੇ ਤਰ੍ਹਾਂ ਸਰਦਾਰ ਧਰਮਵੰਤ ਸਿੰਘ ਜੀ ਜੋ ਸਾਡੇ ਮਾਣਯੋਗ ਸਾਬਕਾ MLA ਹਨ, ਜਿਨ੍ਹਾਂ ਨੂੰ ਤੁਸੀਂ ਦੋ ਵਾਰ ਸੇਵਾ ਕਰਨ ਦਾ ਮੌਕਾ ਮਿਲਿਆ, ਉਹ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਆਏ ਨੇ। ਸੋ ਇਸੇ ਤਰ੍ਹਾਂ ਵਿਨੋਦ ਕਾਲੀਆ ਜੀ ਗੁਰਦਾਸਪੁਰ ਤੋਂ ਜੋ ਕਾਂਗਰਸ ਦੇ ਆਗੂ ਨੇ, ਉਹ ਵੀ ਵਿਸ਼ੇਸ਼ ਤੌਰ 'ਤੇ ਆਏ ਨੇ। ਸੋ ਇਸੇ ਤਰ੍ਹਾਂ ਸਰਦਾਰ ਬਲਵੰਤ ਸਿੰਘ ਜੀ ਮੀਨਸਾ ਜੋ ਸਾਡੇ ਗੁਰੂ ਤੇਗ ਬਹਾਦਰ ਟਰੱਸਟ ਦੇ ਸੈਕਟਰੀ ਹਨ, ਮਾਨ ਸਿੰਘ ਜੀ ਗਰੇਵਾਲ ਭੜਵਾਲ ਸਾਹਿਬ, ਉਹ ਵੀ ਵਿਸ਼ੇਸ਼ ਤੌਰ 'ਤੇ ਆਏ ਨੇ। ਧਰਮ ਸਿੰਘ ਜੀ ਚੀਮਾ ਮੰਡੀ ਤੋਂ, ਜਗਦੀਪ ਐਗਰੋ ਵਾਲੇ, ਔਰ ਹਰਦੀਪ ਸਿੰਘ ਜੀ ਨੰਨੜੇ ਪ੍ਰਧਾਨ ਵਿਸ਼ਵਕਰਮਾ ਅੰਦਰ, ਇਹ ਵੀ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪੁੱਜਿਆ ਨੇ। ਸੋ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਸ਼ੋਕ ਸੰਦੇਸ਼ ਨੇ ਉਹ ਮੇਰੇ ਕੋਲ ਆਏ ਨੇ। ਆਲ ਇੰਡੀਆ ਕੰਬਾਈਨ ਮੈਨੂਫੈਕਚਰ ਐਸੋਸੀਏਸ਼ਨ ਜਿਹੜੇ ਪੁੱਜੇ ਤਿਆਰ ਕਰਕੇ ਉਹਨਾਂ ਨੇ ਨਵੇਕਲਾ ਮੁਕਾਮ ਹਾਸਲ ਕੀਤਾ ਹੈ। ਆਲ ਇੰਡੀਆ ਕੰਬਾਈਨ ਮੈਨੂਫੈਕਚਰ ਐਸੋਸੀਏਸ਼ਨ ਜਨਰਲ ਸੈਕਟਰੀ ਅਮਰ ਸਿੰਘ ਜੀ ਦਸ਼ਮੇਸ਼ ਕੰਬਾਈਨ ਵਾਲੇ ਮਲੇਰ ਕੋਲੋਂ ਤੋਂ ਵਿਸ਼ੇਸ਼ ਤੌਰ 'ਤੇ ਸ਼ੋਕ ਸੰਦੇਸ਼ ਲੈ ਕੇ ਆਏ ਨੇ। ਪੰਚਾਇਤੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਰਜਿਸਟਰ ਵੱਲੋਂ ਸ਼ੋਕ ਸੰਦੇਸ਼। ਸੋ ਇਸੇ ਤਰ੍ਹਾਂ ਤਰਸੇਮ ਵਰਮਾ ਜੀ, ਵਿਕਾਸ ਵਰਮਾ ਜੀ ਸ਼ੋਕ ਧੂਰੀ ਰਾਈਸ ਮਿਲ ਐਸੋਸੀਏਸ਼ਨ ਵੱਲੋਂ ਬਲਵਿੰਦਰ ਸਿੰਘ ਜੀ ਢਿੱਲੋਂ ਸ਼ੋਕ ਸੰਦੇਸ਼। ਸੋ ਇਸੇ ਤਰ੍ਹਾਂ ਸ਼ੋਕ ਪ੍ਰਸਤਾਵ ਪ੍ਰਾਪਤ ਹੋਇਆ ਤਰਸੇਮ ਲਾਲ ਜੀ ਪੰਚਵਟੀ ਮੰਦਿਰ ਤੋਂ, ਔਰ ਮਨਮੋਹਨ ਜੀ ਜਨਰਲ ਸੈਕਟਰੀ ਰਾਮ ਗੋਪਾਲ ਜੀ ਇਹਨਾਂ ਵੱਲੋਂ ਸ਼ੋਕ ਸੰਦੇਸ਼। ਗਿਆਨ ਸਰਦਰ ਸਟੇਸ਼ਨ ਵੱਲੋਂ ਗਿਆਨ ਸਿੰਘ ਜੀ ਦਿਵਸੀ ਜੋ ਜਨਰਲ ਸੈਕਟਰੀ ਹਨ ਕਾਂਗਰਸ ਕਮੇਟੀ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਵੱਲੋਂ ਆਰ ਪੀ ਆਰ ਐਸੋਸੀਏਸ਼ਨ ਵੱਲੋਂ ਜਗਤਾਰ ਸਿੰਘ ਜੀ ਸਮਰਾ ਉਹਨਾਂ ਵੱਲੋਂ ਵੀ ਸ਼ੋਕ ਪ੍ਰਸਤਾਵ ਪ੍ਰਾਪਤ ਹੋਇਆ। ਸ਼੍ਰੀ ਕੋਲਾ ਸੇਵਾ ਸੰਘ ਰਣੀਕੇ ਵੱਲੋਂ ਜੈਮਰਾ ਜੀ ਮੀਨਸਾ, ਰਜਿੰਦਰ ਸ਼ਰਮਾ ਜੀ ਸੁਖਮਾਨੀ ਸੇਵਾ ਸੁਸਾਇਟੀ ਵੱਲੋਂ ਗੁਰਦੀਪ ਸਿੰਘ ਜੀ। ਸੋ ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਲਕਸ਼ਮੀ ਬਾਗ ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਹੈ, ਉਹਨਾਂ ਵੱਲੋਂ ਇਹ ਸ਼ੋਕ ਪ੍ਰਸਤਾਵ ਪ੍ਰਾਪਤ ਹੋਇਆ। ਸੋਸ਼ਲ ਵੈਲਫੇਅਰ ਯੂਨਿਟ ਧੂਰੀ ਵੱਲੋਂ ਤਰਸੇਮ ਮਿੱਤਲ ਜੀ, ਆਪ ਉਹਨਾਂ ਨੇ ਮਲਕੀਤ ਸਿੰਘ ਜੀ ਚਾਂਦੜੀ ਉਹਨਾਂ ਵੱਲੋਂ, ਮਹਾਰਾਜਾ ਅਕਰ ਸੈਨ ਕਲੱਬ ਵੱਲੋਂ ਯੋਗੇਸ਼ ਕੁਮਾਰ ਜੀ, ਮਿੰਦਰਪਾਲ ਮਹਿਤਾ ਜੀ, ਔਰ ਅਖਿਲ ਭਾਰਤੀ ਚਰਨ ਸਿੰਘ ਵੱਲੋਂ ਦਿਨੇਸ਼ ਜੀ ਵੱਲੋਂ ਸ਼ੋਕ ਪ੍ਰਸਤਾਵ, ਪੇਂਡੂ ਸੱਭਿਆਚਾਰ ਮੰਚ ਘਰਾਚੋਂ ਵੱਲੋਂ ਮਨਜੀਤ ਸਿੰਘ ਜੀ ਸੋਧੀ ਉਹਨਾਂ ਵੱਲੋਂ ਸ਼ੋਕ ਪ੍ਰਸਤਾਵ, ਰਾਮਬਾਗ ਕਮੇਟੀ ਵੱਲੋਂ ਚੌਧਰੀ ਪਵਨ ਕੁਮਾਰ ਜੀ ਵਰਮਾ, ਗਊਸ਼ਾਲਾ ਕਮੇਟੀ ਵੱਲੋਂ ਮਾਸ਼ਾ ਪ੍ਰਤੀਗਿਆਪਾਲ ਜੀ, ਧੂਰੀ ਮਿੱਤਰ ਬੈਂਕ ਸੰਤੀ ਔਰ ਨਿਸ਼ਾਨ ਸੇਵਾ ਸਭਾ ਧੂਰੀ ਵੱਲੋਂ ਸ਼ੋਕ ਪ੍ਰਸਤਾਵ, ਸੁਰਿੰਦਰਪਾਲ ਸਿੰਘ ਜੀ ਸੀਵੀਆ ਜੋ ਸਾਡੇ ਮਾਣਯੋਗ ਸਾਬਕਾ MLA ਹਨ, ਉਹ ਵੀ ਇਹ ਸ਼ੋਕ ਸਭਾ ਦੇ ਵਿੱਚ ਹਾਜ਼ਰ ਨੇ, ਉਹਨਾਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਏ। ਪਰਨੀ ਪੁਨਮ ਜੋਤ ਨੇਤਰ ਦਾਨ ਸਭਾ ਦੇ ਚੇਅਰਮੈਨ ਇੰਦਰਜੀਤ ਸਿੰਘ ਜੀ ਮੁੰਡੇ, ਉਹਨਾਂ ਵੱਲੋਂ ਵੀ ਸ਼ੋਕ ਪ੍ਰਸਤਾਵ। ਸੋ ਇਸੇ ਤਰ੍ਹਾਂ ਭਾਈ ਲੈਵਲ ਦੀ ਚੈਰੀਟੇਬਲ ਸ਼ੋਕ ਪ੍ਰਸਤਾਵ ਉਹਨਾਂ ਵੱਲੋਂ, ਸੋਚੇ ਸਵਰਨਕਾਰ ਰਾਜਪੂਤ ਸਭਾ ਡਿਸਟ੍ਰਿਕਟ ਸੰਗਰੂਰ ਵੱਲੋਂ, ਮਲਕੀਤ ਸਿੰਘ ਜੀ ਚਾਂਦੀ ਜੋ ਜ਼ਿਲ੍ਹਾ ਪ੍ਰਧਾਨ ਸਵਰਨ ਕਰ ਸਕਦੇ ਉਹਨਾਂ ਵੱਲੋਂ ਸ਼ੋਕ, ਕਿਸ਼ਨਪਾਲ ਸਿੰਘ ਜੀ ਲੋਟੇ ਉਹਨਾਂ ਵੱਲੋਂ ਵੀ ਸ਼ੋਕ ਪ੍ਰਸਤਾਵ ਪ੍ਰਾਪਤ ਹੋਇਆ। ਸੋ ਇਸ ਤਰ੍ਹਾਂ ਮੇਰਾ ਕਹਿਣ ਦਾ ਭਾਵ ਹੈ ਕਿ ਪਰਿਵਾਰ ਵੱਲੋਂ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਪਿੰਡ ਡੋਡੋਲਾ ਵੱਲੋਂ ਸ਼ੋਕ ਪ੍ਰਸਤਾਵ, ਸਰਦਾਰ ਮਾਨ ਸਿੰਘ ਜੀ ਗਰੇਵਾਲ ਭੜਵਾਲ ਤੋਂ ਉਹਨਾਂ ਦਾ ਵੀ DK ਐਗਰੋ ਇੰਡਸਟਰੀ ਕੰਬਾਈਨ ਸੁਨਾਮ ਕਰਮ ਐਗਰੋ ਇੰਡਸਟਰੀ ਧੂਰੀ, DK ਐਗਰੋ ਇੰਡਸਟਰੀ ਧੂਰੀ, ਮਨਜੀਤ ਐਗਰੋ ਇੰਡਸਟਰੀ ਧੂਰੀ, ਜਗਦੇਵ ਐਗਰੋ ਇੰਡਸਟਰੀ, ਦਰਸ਼ਨ ਸਿੰਘ ਦੇਵਗਨ ਔਰ ਦਸ਼ਮੇਸ਼ ਐਗਰੀਕਲਚਰ, ਚਹਿਲ ਓਮਕਾਰ ਐਗਰੀਕਲਚਰ, ਸਰਮਨ ਸਿੰਘ ਵਿਰਨੀ, ਗੁਰੂ ਰਾਮਦੇਸ ਸੇਵਾ ਸੁਸਾਇਟੀ ਸਤਨਾਮ ਸਿੰਘ ਜੀ ਪ੍ਰਧਾਨ, ਲੋਕੇ ਐਗਰੋਕਲਚਰ ਯੂਨੀਵਰਸਿਟੀ, ਟੋਡੇ ਐਗਰੋਕਲਚਰ ਯੂਨੀਵਰਸਿਟੀ, ਗੁਰਦੁਆਰਾ ਨਾਨਕ ਸਾਹਿਬ ਧੂਰੀ ਪਿੰਡ DHL, ਕੈਂਡੀ ਵਰਕ ਸਾਹਿਬ ਧੂਰੀ, ਕਰਤਾਰ ਕੰਬਾਈਨ ਪਾਸੋਂ, ਭਾਰਤ ਕੰਬਾਈਨ ਪਟਿਆਲਾ, ਜਰਨੈਲ ਬਰਸੀ ਐਗਰੋਕਲਚਰ ਵੱਲੋਂ ਅਮਰਜੀਤ ਸਿੰਘ ਕੈਸ਼ੀਅਰ, ਭਾਈ ਲਾਲੋ ਫਰੈਂਡ ਕੰਬਾਈਨ ਵੱਲੋਂ ਵੀ ਜਿਹੜਾ ਹੈ ਸ਼ੋਕ ਪ੍ਰਸਤਾਵ ਸਾਨੂੰ ਪ੍ਰਾਪਤ ਹੋਇਆ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਬਹੁਤ ਸਾਰੇ ਜਿਹੜੇ ਸ਼ੋਕ ਪ੍ਰਸਤਾਵ ਨੇ ਸ਼ੋਕ ਸਭਾ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ, ਪਰ ਸਮਾਂ ਆਜ਼ਾਦ ਨਹੀਂ ਦਿੰਦਾ। ਤੁਹਾਡੀ ਆਮਦ ਦੇ ਨਾਲ ਮੈਂ ਅਕਸਰ ਕਹਿਣਾ ਕਿ ਦੁੱਖ ਮਨਾਉਣ ਦੇ ਨਾਲ ਦੁੱਖ ਘਟਦਾ ਹੈ, ਔਰ ਖੁਸ਼ੀ ਮਨਾਉਣ ਦੇ ਨਾਲ ਖੁਸ਼ੀ ਹੈ ਜਿਹੜੀ ਉਹ ਚੌਗਣੀ ਹੁੰਦੀ ਹੈ। ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਿਹੜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਸਾਰਿਆਂ ਦਾ ਪਰਿਵਾਰ ਵੱਲੋਂ ਜਿੱਥੇ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ, ਉੱਥੇ ਪਰਮਾਤਮਾ ਦੇ ਸਾਡੀ ਇਹੀ ਅਰਦਾਸ ਕੀਤੀ ਜਾਂਦੀ ਹੈ ਕਿ ਗੁਰਬਖਸ਼ ਸਿੰਘ ਜੀ ਗੁੱਡੂ ਔਰ ਤੇਜੀ ਜੀ ਦੋਵੇਂ ਭਰਾ ਦੀ ਰਾਮ ਲਕਸ਼ਮਣ ਦੀ ਜਿਹੜੀ ਜੋੜੀ ਹੈ, ਉਹਨਾਂ ਨੇ ਜੋ ਪਿਤਾ ਪੁਰਖੀ ਔਰ ਮਾਤਾ ਤੋਂ ਗੁਣ ਪ੍ਰਾਪਤ ਕੀਤੇ ਨੇ, ਉਹਨਾਂ ਗੁਣਾਂ ਦਾ ਸਮਾਜ ਦੇ ਵਿੱਚ ਫਲਾਹ ਕਰਦੇ ਹੋਏ ਬਾਪੂ ਜੀ ਦੀ ਯਾਦ ਨੂੰ ਹਮੇਸ਼ਾ ਸਦੀਵੀ ਬਣਾਈ ਰੱਖਣ। ਔਰ ਪਰਿਵਾਰ ਵੱਲੋਂ ਮੈਨੂੰ ਹੁਕਮ ਹੈ ਕਿ ਕੁਛ
ਸੁਸਾਇਟੀਆਂ ਨੂੰ, ਕੁਛ ਧਾਰਮਿਕ ਸਥਾਨਾਂ ਨੂੰ, ਕਿਉਂਕਿ ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕੀਤਾ ਕਿ ਬਾਪੂ ਜੀ ਬਹੁਤ ਹੀ ਧਾਰਮਿਕ ਪ੍ਰਵਿਰਤੀ ਦੇ, ਗਗਨਜੀਤ ਸਿੰਘ ਜੀ ਬਰਨਾਲਾ ਦੇ ਪਰਿਵਾਰ ਵੱਲੋਂ ਵੀ ਹਾਜ਼ਰੀ ਲਵਾ ਕੇ ਗਈ। ਸੋ ਧੂਰੀ ਪਿੰਡ ਰਕਮ ਹੈ ਉਹ ਬਾਅਦ ਦੇ ਵਿੱਚ ਸਾਡੇ ਤੋਂ ਜਾਂ ਹੁਣ ਜਿਹੜੇ ਬੈਠੇ ਨੇ ਸੱਜਣ ਉਹ ਪ੍ਰਾਪਤ ਕਰ ਸਕਦੇ ਨੇ। ਸੋ ਮੈਂ ਜਿਸ ਤਰ੍ਹਾਂ ਕਿ ਜ਼ਿਕਰ ਕੀਤਾ ਕਿ ਪਰਿਵਾਰ ਜਾਣਦਾ ਹੈ ਕਿ ਕਿਹੜੇ ਕਿਹੜੇ ਸੱਜਣ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਕਿ 22 ਤਰੀਕ ਨੂੰ ਜਦੋਂ ਇਸ ਸੰਸਾਰ ਤੋਂ ਉਹ ਰੁਖਸਤ ਹੋਏ ਸੀ, ਸਰਦਾਰ ਗੁਰਬਖਸ਼ ਸਿੰਘ ਜੀ ਗੁਰੂ ਨਾਲ ਗਾਹੇ ਲੈ ਗਏ, ਰਾਜਸੀ ਧਾਰਮਿਕ ਸਮਾਜਿਕ ਆਗੂਆਂ ਦੇ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਔਰ ਸੱਚ ਜਾਣਿਓ ਗੁਰਬਖਸ਼ ਸਿੰਘ ਗੁੱਡੂ ਔਰ ਜੀ ਦਾ ਅਜਮਾਨ ਪੂਰੀ ਤਰ੍ਹਾਂ ਇਸ ਕਰਦੇ ਲਈ ਤਸੱਲੀ ਦੇ ਵਿੱਚ ਹੈ ਕਿ ਸਾਨੂੰ ਜੋ ਸੰਸਕਾਰ ਮਿਲੇ ਨੇ, ਜੋ ਸਾਡੇ ਪਿਤਾ ਜੀ ਨੇ ਸੇਵਾ ਕੀਤੀ ਹੈ ਸਮਾਜ ਦੀ, ਉਸਦੇ ਬਲਬੂਤੇ ਦੇ ਉੱਤੇ ਸਾਨੂੰ ਇੰਨਾ ਵੱਡਾ ਲੋਕਾਂ ਨੇ ਅਜਮਾਨ ਦਿੱਤਾ ਹੈ। ਅਜੈ ਸਿੰਘ ਜੀ ਸੱਭੂ 77 ਪੰਜਾਬ ਪਤੇ ਵੱਲੋਂ ਉਹ ਵੀ ਆਏ ਨੇ। ਸੋ ਜਿਹੜੇ ਜਿਹੜੇ ਵੀ ਆਏ ਨੇ, ਸੋ ਦੋਵੇਂ ਭਰਾ ਚੰਗੀ ਤਰ੍ਹਾਂ ਉਹ ਸਾਰੇ ਪਰਿਵਾਰ ਨੂੰ ਜਾਣਦੇ ਨੇ। ਸੋ ਮੈਂ ਇੱਕੋ ਗੱਲ ਕਹਿ ਕੇ ਆਪਣਾ ਸਾਹ ਲਵਾਂਗਾ ਔਰ ਪਰਿਵਾਰ ਵੱਲੋਂ ਮੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਉਂਦਾ ਇਸ ਗੱਲ ਦਾ ਵੀ ਮਾਣ ਪ੍ਰਾਪਤ ਹੋਇਆ ਕਿ ਜਿੰਨੇ ਵੀ ਸੱਜਣ ਆਏ ਨੇ ਸਵੇਰ ਤੋਂ ਮੈਂ ਦੇਖ ਰਿਹਾ ਹਾਂ ਕਿ ਖੁੱਲ੍ਹਾ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਹੈ। ਆਹ ਚਾਹ ਦਾ ਲੰਗਰ, ਕੌਫੀ ਦਾ ਲੰਗਰ, ਠੰਡੇ ਦਾ ਲੰਗਰ ਪੂਰੀ ਤਰ੍ਹਾਂ ਵਰਤਾਇਆ ਜਾ ਰਿਹਾ ਹੈ। ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਗਰ ਦੇ ਵਿੱਚ ਹਾਜ਼ਰੀ ਨਹੀਂ ਲਵਾਈ ਕਿਰਪਾ ਕਰਕੇ ਉਹ ਵੀ ਲੰਗਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਾ ਕੇ ਜਾਣ। ਸੋ ਇਸ ਤਰ੍ਹਾਂ ਇਸਤਰੀ ਅਕਾਲੀ ਦਲ ਵੱਲੋਂ ਵੀ ਮੈਨੂੰ ਹੁਕਮ ਹੈ ਕਿ ਬੀਬੀ ਜਸਵਿੰਦਰ ਕੌਰ ਖਾਲਸਾ ਉਹਨਾਂ ਵੱਲੋਂ ਵੀ ਪਰਿਵਾਰ ਦੇ ਨਾਲ ਸ਼ੋਕ ਪ੍ਰਸਾਦ ਭੇਜਿਆ ਗਿਆ ਹੈ। ਸੋ ਪਰਮਾਤਮਾ ਦੇ ਸਾਡੀ ਜ਼ੋਰਦਾਰ ਜਿਤਾਦੇ ਦੇ ਨਾਲ ਇਹੀ ਅਰਦਾਸ ਹੈ ਕਿ ਦੋਵੇਂ ਭਰਾਵਾਂ ਦੇ ਵਿੱਚ ਇਨਸਾਫ ਬਣਿਆ ਰਹੇ ਔਰ ਪਿਤਾ ਪੁਰਖੀ ਗੁਣਾਂ ਨੂੰ ਸਮਾਜ ਦੇ ਵਿੱਚ ਫੈਲਾ ਕੇ ਉਹਨਾਂ ਦੀ ਸਦੀਵੀ ਯਾਦ ਨੂੰ ਹਮੇਸ਼ਾ ਕਾਇਮ ਰੱਖਣ। ਇਹਦੇ ਨਾਲ ਹੀ ਮੈਂ ਬਹੁਤ ਹੀ ਸਤਿਕਾਰਪੂਰਵਕ ਬੇਨਤੀ ਕਰਨ ਦਾ ਮਾਣ ਪ੍ਰਾਪਤ ਕਰ ਰਿਹਾ ਸਰਦਾਰ ਮਨਮਿੰਦਰਜੀਤ ਸਿੰਘ ਜੀ ਪਿਤਾ ਸਾਹਿਬ, ਜੋ ਕਿਸੇ ਜਾਣ ਪਹਿਚਾਣ ਦੇ ਮਹਤਾਜ ਰਹੇ ਹਨ, ਜਿੰਦਾ ਦਿਲ ਇਨਸਾਨ ਹਨ, ਜਿਨ੍ਹਾਂ ਨੇ ਹਮੇਸ਼ਾ ਸੱਚ ਦੇ ਉੱਤੇ ਪਹਿਰਾ ਦਿੱਤਾ ਹੈ ਔਰ ਅੱਤਵਾਦ ਦੇ ਖਿਲਾਫ ਖੜ ਕੇ ਲੜਾਈ ਲੜੀ ਹੈ, ਉਹਨਾਂ ਦੀ ਸੇਵਾ ਦੀ ਬੇਨਤੀ ਹੈ ਕਿ ਉਹ ਬਾਪੂ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਗੇ ਔਰ ਪਰਿਵਾਰਕ ਮੈਂਬਰ ਹੋਣ ਦੀ ਹੈਸੀਅਤ ਵਿੱਚ ਸਾਰੀ ਆਈ ਵੱਡੀ ਗਿਣਤੀ ਦੇ ਸਾਧ ਸੰਗਤ ਦਾ ਕੁੱਕਣ ਕੋਲ ਧੰਨਵਾਦ ਕਰਨਗੇ। ਇਕੱਠ ਬੜਾ ਪਰਿਵਾਰਕ ਵਿਖੇ ਫਤਿਹ। ਅੱਜ ਅਸੀਂ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹਮੇਸ਼ਾ ਇੱਕ ਨਵਾਂ ਰਸਤਾ ਦਿਖਾਇਆ, ਚਾਹੇ ਉਹ ਖੇਤੀਬਾੜੀ ਹੋਵੇ, ਚਾਹੇ ਸਮਾਜ ਦੀ ਸੇਵਾ ਹੋਵੇ। ਹਰ ਇਨਸਾਨ ਇਸ ਦੁਨੀਆਂ 'ਚ ਜਨਮ ਲੈਂਦਾ ਔਰ ਆਪਣਾ ਆਪਣਾ ਸਮਾਂ ਭੋਗ ਕੇ ਚਲਿਆ ਜਾਂਦਾ, ਪਰ ਜਿਹੜੇ ਇਨਸਾਨ ਬਾਪੂ ਹਰਦੇਵ ਸਿੰਘ ਜੀ ਦੀ ਤਰ੍ਹਾਂ ਇੱਕ ਸੱਚੀ ਸੇਵਾ ਕਰਦੇ ਨੇ, ਸਮਾਜ ਦੀ ਸੇਵਾ ਕਰਦੇ ਨੇ, ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ। ਅੱਜ ਵੀ ਇਹ ਆਈ ਹੋਈ ਇੰਨੀ ਸੰਗਤ ਇਹ ਦੱਸਦੀ ਹੈ ਕਿ ਇਸ ਪਰਿਵਾਰ ਨਾਲ, ਬਾਪੂ ਜੀ ਦੇ ਸੰਸਕਾਰਾਂ ਨਾਲ, ਬਾਪੂ ਜੀ ਦੀ ਸੋਚ ਦੇ ਨਾਲ ਉਹਨਾਂ ਦਾ ਕਿੰਨਾ ਪਿਆਰ ਸੀ ਅਤੇ ਉਹਨਾਂ ਦੇ ਬੇਟੇ ਸਰਦਾਰ ਗੁਰਬਖਸ਼ ਸਿੰਘ ਜੀ ਗੁੱਡੂ ਜਿਹੜੇ ਮੇਰੇ ਛੋਟੇ ਭਰਾਵਾਂ ਵਾਂਗੂ ਸ਼ੁਰੂ ਤੋਂ ਰਹੇ ਨੇ, ਜਿਨ੍ਹਾਂ ਨੇ ਉਸ ਵੇਲੇ ਮੇਰੇ ਨਾਲ ਮੌਤ ਦਾ ਕਫਨ ਬਣ ਕੇ ਮਜ਼ਲੂਮਾਂ ਦੀ ਰੱਖਿਆ ਲਈ, ਪੈਣਾਂ ਦੇ ਸੁਹਾਗਾਂ ਦੀ ਰੱਖਿਆ ਲਈ, ਆਪਣੇ ਬੱਚਿਆਂ ਦੀ ਰੱਖਿਆ ਲਈ, ਪੰਜਾਬ ਦੀ ਅਮਨ ਸ਼ਾਂਤੀ ਲਈ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਸਨ। ਹੋ ਸਕਦਾ ਹੈ ਕਿ ਅੱਜ ਅਸੀਂ ਇੱਥੇ ਨਾ ਹੁੰਦੇ, ਪਰ ਮੈਂ ਇਹ ਸਮਝਦਾ ਕਿ ਬਾਪੂ ਜੀ ਦਾ ਆਸ਼ੀਰਵਾਦ, ਗੁਰੂ ਮਹਾਰਾਜ ਦਾ ਆਸ਼ੀਰਵਾਦ, ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਦੇ ਵਿੱਚ ਇਹਨਾਂ ਨੇ ਗੁੱਡੂ ਜੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਅੱਜ ਦੇ ਦਿਨ ਆਈਆਂ ਹੋਈਆਂ ਸੰਗਤਾਂ ਦਾ ਮੈਂ ਬਹੁਤ ਸ਼ੁਕਰਾਨਾ ਕਰਦਾ ਅਤੇ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਜੋ ਸਾਡੇ ਹਰਬੰਸ ਸਿੰਘ ਜੀ ਪ੍ਰਵਚਨਕਾਰੀ ਜਲਾਦਰੀ ਵਾਲੇ, ਜਿਨ੍ਹਾਂ ਨੂੰ ਮੈਂ ਬਹੁਤ ਮੰਨਦਾ, ਚਾਹੇ ਉਹ ਦੁਨੀਆਂ 'ਚ ਨਹੀਂ, ਉਹਨਾਂ ਦੀ ਅਗਰ ਵਿਆਖਿਆ ਸੁਣੀ ਜਾਵੇ ਤਾਂ ਉੱਥੇ ਜ਼ਰੂਰ ਦੱਸਿਆ ਜਾਂਦਾ ਮੌਤ ਦਾ ਇੱਕ ਦਿਨ ਆਣੀ ਹੈ,
ਤੇ ਮੌਤ ਇੱਕ ਦਿਨ ਜੇ ਆਉਣੀ ਹੈ ਜੇ ਉਸਨੂੰ ਯਾਦ ਅਸੀਂ ਕਰ ਲਿਆ ਤੇ ਗੁਰੂ ਮਹਾਰਾਜ ਨੂੰ ਵੀ ਅਸੀਂ ਹਮੇਸ਼ਾ ਯਾਦ ਕਰਦੇ। ਜੇ ਗੁਰੂ ਮਹਾਰਾਜ ਨੂੰ ਯਾਦ ਕਰ ਲਿਆ ਫਿਰ ਅਸੀਂ ਮਾੜੇ ਕੰਮ ਨਹੀਂ ਕਰਦੇ। ਇਹ ਸਾਨੂੰ ਪਤਾ ਇੱਕ ਦਿਨ ਅਸੀਂ ਜਾਣਾ, ਜੋ ਹੋ ਸਕਦਾ ਅਸੀਂ ਚੰਗਾ ਕਰੀਏ। ਤੇ ਅੱਜ ਦੇ ਦਿਨ ਮੈਂ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅੱਜ ਤੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ, ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੋ ਅਤੇ ਜਿਹੜੀ ਉਹਨਾਂ ਨੇ ਜੋਤ ਸੰਸਕਾਰਾਂ ਦੀ ਜਲਾਈ ਹੈ ਉਹ ਜੋਤ ਹਮੇਸ਼ਾ ਜਗਦੀ ਰਹੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਹੀਂ ਛੱਡਿਆ ਸੋ ਕਿਰਪਾ ਕਰਕੇ ਉਸਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਚਲਾ ਕੇ ਸਾਰੇ ਜਾਣ ਦੀ ਕਿਰਪਾਲਤਾ ਕਰਨ। ਕੋਈ ਨਹੀਂ, ਸਟੈਂਡਰਡ ਕਾਰਪੋਰੇਸ਼ਨ ਇੰਡੀਆ ਵੱਲੋਂ ਵੀ ਸ਼ਰਧਾਂਜਲੀ ਸ਼ੋਅ ਪਸਾਰਿਆ ਹੈ ਜੀ। ਸੋ ਫਿਰ ਪਰਿਵਾਰ ਵੱਲੋਂ ਸਭਨਾ ਦਾ ਸੰਗਤ ਦਾ ਕੁੱਟਣ ਤੋਂ ਧੰਨਵਾਦ।